मैं तो सिर्फ एक गल तुहाडे नाल सांझी करनी चाहुंदा क्योंकि डेमोक्रेसी का चौथा पिलर वो तुहानू भी पता कित्थे खड़ा ते वो सानू भी पता कित्थे खड़ा। लेकिन पंजाब पीजी इंडैक्स दे विच पहले नंबर ते आया जदों के जिहड़े दिल्ली दे इन्हां दे आका आया उदों छेवें नंबर ते आया 2019 दे विच 20 दे विच ते 21 दे विच। ਇਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਵੀ ਪੰਜਾਬ ਐਜੂਕੇਸ਼ਨ ਦੇ ਵਿੱਚ ਪੀ ਜੀ ਇੰਡੈਕਸ ਦੇ ਵਿੱਚ ਪਹਿਲੇ ਨੰਬਰ 'ਤੇ ਆਇਆ। ਐਕਚੁਅਲੀ ਹਰਜੋਤ ਬੈਂਸ ਨੂੰ ਕਿਉਂਕਿ ਵਕੀਲ ਹੈ ਬੋਲਣ ਦੀ ਬਹੁਤ ਆਦਤ ਆ, ਮੈਂ ਤਾਂ ਉੱਥੇ ਵੀ ਖੜ੍ਹੇ ਹੋ ਕੇ ਇੱਕੋ ਗੱਲ ਕਹੀ ਸੀ ਵੀ ਇੰਨਾ ਦੱਸ ਦਿਓ ਵੀ ਪੰਜਾਬ ਪਿਛਲੇ ਸਮੇਂ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਪਹਿਲੇ ਨੰਬਰ 'ਤੇ ਆਇਆ ਸੀ ਜਦੋਂ ਕਿ ਦਿੱਲੀ ਛੇਵੇਂ ਨੰਬਰ 'ਤੇ ਆਈ ਸੀ, ਕਿਉਂਕਿ ਇਹਨਾਂ ਦਾ ਇੱਕ ਮਾਡਲ ਬਣਾਇਆ ਹੋਇਆ ਐਜੂਕੇਸ਼ਨ ਦਾ ਅਤੇ ਹੈਲਥ ਦਾ, ਜਿਹੜੇ ਦੋਨੇ ਹੀ ਫਲੋਪ ਹੈ। ਅੱਜ ਕੰਪਿਊਟਰ ਟੀਚਰ ਇਹਨਾਂ ਨੇ ਕਿਹਾ ਦਿਵਾਲੀ ਗਿਫਟ ਦੇਵਾਂਗੇ, ਅੱਜ ਉਹਨਾਂ ਦੇ ਘਰੇ ਹਜੇ ਵੀ ਹਨੇਰਾ। ਔਰ ਉਹਦੇ ਤੋਂ ਬਾਅਦ ETT ਟੀਚਰ, ਉਹਦੇ ਤੋਂ ਬਾਅਦ ਜਿੰਨੀਆਂ ਕਲਾਸਿਸ ਹੈਗੀਆਂ ਸਾਰੀਆਂ ਲਗਭਗ ਮੈਨੂੰ ਲੱਗਦਾ ਪਿਛਲੇ 3-4 ਮਹੀਨਿਆਂ 'ਚ ਡਾਂਗਾਂ ਖਾ ਰਹੇ ਆ। ਔਰ ਇਹ ਕਹਿ ਰਹੇ ਆ ਵੀ ਅਸੀਂ ਜਿਹੜਾ ਐਜੂਕੇਸ਼ਨ ਦਾ ਮਾਡਲ ਆ ਉਹ ਅਸੀਂ ਪੰਜਾਬ ਦੇ ਵਿੱਚ ਤਾਂ ਇਹਨਾਂ ਨੂੰ ਪਤਾ ਨਹੀਂ ਕਿੱਥੇ ਲੈ ਕੇ ਜਾਣਾ। ਸੋ ਇਸ ਕਰਕੇ ਇਹ ਬਿਲਕੁਲ ਫਾਲਸ ਕਲੇਮ ਹੈ ਇਹਨਾਂ ਦਾ, ਇਹ ਤਾਂ ਸਿਰਫ ਜੋ ਕੇਜਰੀਵਾਲ ਕਹਿੰਦਾ। ਐਕਚੁਅਲੀ ਮੈਂ ਇੱਕ ਗੱਲ ਹੋਰ ਭਗਵੰਤ ਮਾਨ ਨੂੰ ਕਹਿਣੀ ਚਾਹੁੰਦਾ, ਜਿੱਦਾਂ ਦਾ ਮਾਹੌਲ ਤੁਸੀਂ ਇੱਥੇ ਬਣਾ ਰਹੇ ਹੋ ਇੱਦਾਂ ਦਾ ਮਾਹੌਲ ਕਦੀ ਪੰਜਾਬ ਦੇ ਵਿੱਚ ਬਣਿਆ ਨਹੀਂ ਸੀ। ਦਿੱਲੀ ਵਾਲਿਆਂ ਨੇ ਸਿਰਫ ਫੋਨ ਬੰਦ ਕਰ ਲੈਣਾ ਅਤੇ ਕਬਰ ਤੁਹਾਡੀ ਪੱਟੀ ਜਾਣੀ ਆ। ਇਹ ਤੁਸੀਂ ਯਾਦ ਰੱਖਿਓ, ਆਉਣ ਵਾਲਾ ਸਮਾਂ ਕਿਸੇ ਦਾ ਨਹੀਂ ਹੁੰਦਾ, ਸਮਾਂ ਨਾ ਕਿਸੇ ਨਾਲ ਖੜ੍ਹਦਾ ਹੁੰਦਾ। ਅਤੇ ਇਸ ਕਰਕੇ ਭਗਵੰਤ ਮਾਨ ਜੀ ਇਹ ਕੰਮ ਨਾ ਕਰੋ, ਇੱਦਾਂ ਦੇ ਪੰਜਾਬ ਦੇ ਵਿੱਚ ਹਾਲਾਤ ਨਾ ਬਣਾਓ। ਆਹ ਕੇਬਲ ਆਪਰੇਟਰ ਮੈਨੂੰ ਇੱਕ ਦਿਨ ਮਾਣ ਕੇ ਮਿਲੇ, ਪੁਲਿਸ ਜਿਹੜੀ ਆ ਜ਼ਬਰਦਸਤੀ ਕੇਬਲ ਆਪਰੇਟਰਾਂ ਨਾਲ ਉਹਨਾਂ ਨੂੰ ਧੱਕੇ ਨਾਲ ਕਹਿੰਦੀ ਆ ਵੀ ਫਲਾਨੇ ਦੇ ਲਾਓ ਅਤੇ ਫਲਾਨੇ ਦੇ ਲਾਓ। ਪਹਿਲਾਂ ਤਾਂ ਮਾਫੀਆ ਕਹਿੰਦੇ ਹੁੰਦੇ ਸੀ ਕੇਬਲ ਮਾਫੀਆ, ਅਤੇ ਹੁਣ ਭਗਵੰਤ ਮਾਨ ਦੇ ਡਾਇਰੈਕਟਲੀ ਘਰੋਂ ਕੰਟਰੋਲ ਹੋ ਰਿਹਾ ਇਹ ਮਾਫੀਆ ਜਿਹੜਾ। ਸੋ ਇਸ ਕਰਕੇ ਮੈਂ ਤਾਂ ਇੰਨੀਆਂ 2-3 ਗੱਲਾਂ ਤੁਹਾਡੇ ਨਾਲ ਕਰਨੀਆਂ ਚਾਹੁੰਦਾ।